ਮੈਡੀਕਲ ਵਿਭਾਗ ਨਾਲ ਜੁੜੀ ਵੱਡੀ ਖਬਰ ਲੁਧਿਆਣਾ ਵਾਸੀਆਂ ਲਈ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਲੁਧਿਆਣਾ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹਾਂ, ਜਿੱਥੇ ਅੱਜ ਦੇ ਦਿਨ ਜਿਹੜੀ OPD ਹੈ ਉਹ ਬੰਦ ਕੀਤੀ ਗਈ ਹੈ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਵੇਂ ਇੱਕ ਇੱਕ ਬੈਂਚ ਜਿਹੜੇ ਨੇ ਉਹ ਖਾਲੀ ਨੇ, ਬਾਹਰੋਂ ਲੋਕ ਲਗਾਇਆ ਗਿਆ ਹੈਗਾ। ਤਸਵੀਰਾਂ ਦੇਖ ਸਕਦੇ ਹੋ ਕਿ ਬਾਹਰ ਬਕਾਇਦਾ ਲਿਖ ਕੇ ਵੀ ਲਗਾਇਆ ਗਿਆ ਹੋਇਆ PCSS ਪੰਜਾਬ ਵੱਲੋਂ ਕੋਲਕਾਤਾ ਦੇ ਵਿੱਚ ਹੋਏ ਇੰਸੀਡੈਂਟ, ਮਹਿਲਾ ਡਾਕਟਰ ਦੇ ਨਾਲ ਜਿਹੜਾ ਦੁਸ਼ਕਰਮ ਹੋਇਆ ਉਸ ਤੋਂ ਲੈ ਕੇ ਇੰਡੀਆ ਭਰ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਗਟ ਕੀਤਾ ਜਾ ਰਿਹਾ। ਅਤੇ ਡਾਕਟਰਾਂ ਦੇ ਵਿੱਚ ਕਿਤੇ ਨਾ ਕਿਤੇ ਨਿਰਾਸ਼ਾ ਜ਼ਰੂਰ ਹੈ ਕਿ ਉਸ ਆਰੋਪੀ ਨੂੰ ਜਿਹੜਾ ਵੈ ਸਜ਼ਾ ਹੋਣੀ ਚਾਹੀਦੀ ਹੈ। ਤਾਂ ਸਾਰੇ ਡਾਕਟਰਾਂ ਦੇ ਵਿੱਚ, ਹਰ ਹਸਪਤਾਲਾਂ ਦੇ ਵਿੱਚ ਜਿਵੇਂ ਗੱਲ ਕਰੀਏ ਤਾਂ ਹਰ ਹਸਪਤਾਲ ਦੇ ਡਾਕਟਰ ਆਪਣੀ ਜਿਹੜੀ ਹੈ ਨਿਰਾਸ਼ਾ ਪੇਸ਼ ਕਰ ਰਹੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕਿ ਡਾਕਟਰ ਇੱਕ ਹੁੰਦਾ ਹੈ, ਲੋਕਾਂ ਦੀ ਜਾਨ ਬਚਾਉਂਦਾ ਹੈ, ਲੋਕਾਂ ਦੇ ਸਿਹਤ ਦਾ ਖਿਆਲ ਰੱਖਦਾ, ਤਾਂ ਦੂਜੇ ਪਾਸੇ ਡਾਕਟਰਸ ਦੇ ਨਾਲ ਇਸ ਤਰ੍ਹਾਂ ਦਾ ਭਾਣਾ ਵਰਤ ਜਾਣਾ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰਦਾ ਹੈ। ਮੈਡੀਕਲ ਵਿਭਾਗ ਵਿੱਚ ਇਸ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਪਹਿਲੀ ਵਾਰੀ ਵਾਪਰੀ ਹੈ। ਕੋਲਕਾਤਾ ਦੇ ਵਿੱਚ ਮਹਿਲਾ ਡਾਕਟਰ ਦੇ ਨਾਲ ਜਿਹੜਾ ਦੁਸ਼ਕਰਮ ਹੋਇਆ ਉਸ ਨੂੰ ਲੈ ਕੇ ਪੂਰੇ ਇੰਡੀਆ ਭਰ ਦੇ ਵਿੱਚ ਡਾਕਟਰ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ। ਹਰ ਇੱਕ ਹੋਸਪਿਟਲ ਦੇ ਵਿੱਚ ਬੀਤੇ ਦਿਨ ਦੇ ਵੀ ਇੱਕ ਹੋਸਪਿਟਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ, ਅਤੇ ਇੱਕ ਜਿਹੜੇ ਮੈਡੀਕਲ ਵਿਭਾਗ ਨਾਲ ਜੁੜੇ ਵਿਦਿਆਰਥੀ ਸਨ ਉਹ ਵੀ ਅੱਜ ਸੜਕਾਂ 'ਤੇ ਉਤਰੇ ਹੋਏ ਨੇ। ਇੰਡੀਆ ਭਰ ਦੇ ਵਿੱਚ ਅੱਜ ਹੋਸਪਿਟਲਾਂ ਦੇ ਵਿੱਚ ਜਿਹੜਾ ਵੈ OPD ਜਿਵੇਂ ਅੱਜ ਸਿਵਲ ਹਸਪਤਾਲ ਦੇ ਵਿੱਚ OPD ਨੂੰ ਬੰਦ ਕੀਤਾ ਗਿਆ, ਉਵੇਂ ਕਈ ਹਸਪਤਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਿਹੜੀਆਂ ਹੁੰਦੀਆਂ ਨਜ਼ਰ ਆ ਰਹੀਆਂ, ਕਿਉਂਕਿ ਇਹ ਵੱਡਾ ਸਵਾਲ ਖੜ੍ਹਾ ਕਰਦਾ ਹੈ ਕਿ ਇੱਕ ਡਾਕਟਰ ਮਹਿਲਾ ਜੋ 24-24 ਘੰਟੇ ਆਪਣੀ ਡਿਊਟੀ ਜਿਹੜੀ ਹਸਪਤਾਲ ਦੇ ਵਿੱਚ ਨਿਭਾਉਂਦੀ ਹੈ ਅਤੇ ਉਸ ਦੇ ਨਾਲ ਇਸ ਤਰ੍ਹਾਂ ਦਾ ਭਾਣਾ ਵਰਤ ਜਾਣਾ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ। ਪ੍ਰਸ਼ਾਸਨ 'ਤੇ ਵੀ ਜਿਹੜਾ ਸਵਾਲ ਖੜ੍ਹਾ ਕਰਦਾ ਹੈ, ਅਤੇ ਦੂਜੇ ਪਾਸੇ ਸਿਕਿਉਰਿਟੀ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਘੇਰੇ ਦੇ ਵਿੱਚ ਆਉਂਦੀ ਹੈ ਕਿ ਆਖਰ ਕਿਉਂ ਇਸ ਤਰ੍ਹਾਂ ਦਾ ਜਿਹੜਾ ਭਾਣਾ ਵਰਤਿਆ, ਜਿਸ ਨੂੰ ਲੈ ਕੇ ਅੱਜ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਖਬਰ ਪਹੁੰਚਾ ਰਹੇ ਕਿ ਸਿਵਲ ਹਸਪਤਾਲ ਦੀ ਜਿਹੜੀ OPD ਹੈ ਉਹ ਬੰਦ ਹੈ। ਡਾਕਟਰਾਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ, ਹੜਤਾਲ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਜਿਹੜੇ ਇੱਥੇ ਦਵਾਈਆਂ ਲੈਣ ਆ ਰਹੇ ਨੇ ਲੋਕ ਉਹ ਵੀ ਕਿਤੇ ਨਾ ਕਿਤੇ ਖੱਜਲ ਖਵਾਰ ਹੋ ਰਹੇ ਨੇ। ਸਰ, ਦਵਾਈ ਲੈਣ ਆਏ ਹੋ ਤੁਸੀਂ ਵੀ? ਕਹਾਂ ਸੇ ਆਏ ਹੋ? ਮੈਂ ਆਇਆ ਗੈਸਪੁਰਾ ਸੇ। ਗੈਸਪੁਰੇ ਸੇ ਆਏ? ਹਾਂਜੀ। ਤਾਂ ਸਰ, ਦਿੱਕਤ ਕਿਤਨੀ ਆਏਗੀ ਅਗਰ ਮੰਨ ਲਓ ਆਪ ਆਏ ਹੈ ਔਰ ਆਪਕੇ ਜੈਸੇ ਕਈ ਲੋਕ ਆਏਗੇ ਜੈਸੇ ਕਿ ਉਨਕੋ ਦਵਾਈ ਲੈਣੀ ਹੈ, ਤਾਂ ਦਿੱਕਤ ਕਿਤਨੀ ਆਏਗੀ? ਦਵਾਈ ਦਿੱਕਤ ਤਾਂ ਬਹੁਤ ਆ ਗਈ, ਅਭੀ ਦਵਾਈ ਕਰ ਦੋ, ਤਾਂ ਦਵਾਈ ਖਤਮ ਹੋ ਗਿਆ ਥਾ, ਆਜ ਹੀ ਕਾ ਡੇਟ ਥਾ, ਅਬ ਦਵਾਈ ਨਹੀਂ ਮਿਲੇਗਾ ਤਾਂ ਫਿਰ ਪਰੇਸ਼ਾਨੀ ਤਾਂ ਪੜੇਗਾ। ਅਬ ਡਾਕਟਰ ਸਾਹਿਬ ਲਿਖਤੇ ਕਿ ਯਾ ਨਹੀਂ ਮਿਲੇਗਾ ਔਰ ਕਹੀਂ ਲਿਖੇ, ਜਬ ਡਾਕਟਰ ਸਾਹਿਬ ਬਤਾਏਗਾ ਤਭੀ ਤਾਂ ਲੈ ਸਕਤਾ ਹੋ, ਅਬ ਡਾਕਟਰ ਨਹੀਂ ਮਿਲੇ ਤਾਂ ਕੈਸੇ ਪਰ ਮਰਜ਼ੀ ਲੈ ਲਿਆ ਥਾ। ਆਪ ਕਹਾਂ ਸੇ ਅੰਕਲ? ਹਮ ਆਏ ਨਹਿਰ ਸੇ, ਸਿਮਲਾਪੁਰੀ। ਆਪ ਵੀ ਦਵਾਈ ਲੈਣੇ ਆਏ? ਹਾਂਜੀ ਹਾਂਜੀ, ਆਂਖ ਕਾ ਦਵਾਈ ਲੈਣੇ ਆਏ ਥੇ। ਅੱਛਾ, ਤੋ ਅੱਜ OPD ਬੰਦ ਹੈ, ਕਿਤਨੀ ਦਿੱਕਤੋਂ ਕਾ ਸਾਹਮਣਾ ਕਰਨਾ ਪੜੇਗਾ ਲੋਕੋ ਕੋ, ਕਿਤਨੀ ਦਿੱਕਤ ਆ? ਦਵਾਈ ਵੀ ਖਤਮ ਹੋ ਰਹੀ ਹੈ ਔਰ ਕਿਆ ਕਰੇ, ਹਮ ਕਹਿ ਨਹੀਂ ਸਕਦੇ, ਕੁਛ ਦਵਾਈ ਲੈਣੇ ਹੀ ਆਏ ਥੇ ਸਪੈਸ਼ਲ। ਅਬ ਦੇਖੋ, ਅਬ ਹਮ ਵਾਪਸ ਜਾਣਾ ਪੜੇਗਾ। ਅਬ ਕਈ ਲੋਕ ਅਭੀ ਲੁਧਿਆਣਾ ਸ਼ਹਿਰ ਸੇ, ਕਈ ਲੋਕ ਬਾਹਰ ਸੇ ਵੀ ਆ ਰਹੇ, ਕਹੀਂ ਸੇ ਦੂਰ ਸੇ ਆਏਗੇ, ਫਿਰ ਉਨਕੋ ਦਿੱਕਤੋਂ ਕਾ ਸਾਹਮਣਾ ਕਰਨਾ। ਜੀ ਜੀ ਸਰ, ਬਹੁਤ ਦਿੱਕਤ ਹੋਈ, ਹਮ ਤੋ ਕੁਛ ਕਿਆ ਕਰ ਸਕਦੇ, ਹਮ ਤੋ ਬੰਦ ਹੈ, ਤੋ ਬੰਦ ਹੀ ਹੈ, ਹਮਕੋ ਤਾਂ ਮੁਸੀਬਤ ਖੜੀ ਹੈ। ਅਬ ਦਵਾਈ ਲਿਖਾ ਤਾ ਤਭੀ ਦਵਾਈ ਮਿਲ ਜਾਤੀ ਹੈ ਹਮਕੋ, ਔਰ ਉਹ ਦਵਾਈ ਯਹੀਂ ਸੇ ਮਿਲਨੀ ਹੈ? ਮਿਲਨੀ ਹੈ, ਹਾਂਜੀ ਹਾਂਜੀ ਸਰ, OPD ਸੇ। ਹਾਂਜੀ ਹਾਂਜੀ ਸਰ, ਇਹ ਲਿਖੇਂਗੇ ਯਹੀਂ ਦਵਾਈ ਮਿਲ ਜਾਤੀ ਹੈ ਹਮਾਰੀ। ਬਾਹਰ ਫਿਰ ਡਬਲ ਪੈਸਾ ਲਗੇਗਾ ਨਾ। ਸੋ ਇਹ ਲੋਕ ਵੀ ਜਿਹੜਾ ਸਿਵਲ ਹਸਪਤਾਲ ਦੇ OPD ਦੇ ਵਿੱਚ ਦਵਾਈਆਂ ਲੈਣ ਆ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਖੱਜਲ ਖਵਾਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਕਿਉਂਕਿ ਇਹ ਖਬਰ ਬਹੁਤ ਸਾਰੇ ਲੋਕਾਂ ਤੱਕ ਨਹੀਂ ਪਹੁੰਚੀ ਹੈ ਕਿ ਅੱਜ OPD ਬੰਦ ਹੈ, ਅਚਨਚੇਤ ਇਸ ਨੂੰ ਬੰਦ ਕਰਨਾ ਪਿਆ ਹੈਗਾ, ਅਤੇ ਡਾਕਟਰ ਜਿਹੜੇ ਨੇ ਉਹ ਰੋਸ ਪ੍ਰਗਟ ਕਰ ਰਹੇ ਨੇ। ਦੁਬਾਰਾ ਦੱਸ ਦੇਣਾ, ਕੋਲਕਾਤਾ ਦੇ ਵਿੱਚ ਜਿਹੜੀ ਮਹਿਲਾ ਡਾਕਟਰ ਦੇ ਨਾਲ ਦੁਸ਼ਕਰਮ ਕੀਤਾ ਗਿਆ ਉਸ ਨੂੰ ਲੈ ਕੇ ਇੰਡੀਆ ਭਰ ਦੇ ਵਿੱਚ ਡਾਕਟਰ ਨੇ ਹੜਤਾਲ ਕੀਤੀ ਹੈ। ਕਈ ਜਗ੍ਹਾਵਾਂ 'ਤੇ ਹੋਸਪਿਟਲਸ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਮੈਡੀਕਲ ਵਿਭਾਗ ਦੇ ਉਹ ਸੜਕਾਂ 'ਤੇ ਵੀ ਉਤਰੇ ਹੋਏ ਨੇ, ਇਨਸਾਫ ਦੀ ਮੰਗ ਕਰ ਰਹੇ ਨੇ। ਦੂਜੇ ਪਾਸੇ ਸਿਵਲ ਹਸਪਤਾਲ ਦੇ ਵਿੱਚ ਖੜ੍ਹੇ ਹਾਂ, ਉੱਥੇ OPD ਜਿਹੜੀ ਹੈ ਉਹ ਬੰਦ ਕੀਤੀ ਗਈ ਹੈ। ਬਕਾਇਦਾ ਲਿਖ ਕੇ ਲਗਾਇਆ ਗਿਆ ਕਿ ਡਾਕਟਰਸ ਦੀ ਭਿਆਨਕ ਘਟਨਾ ਤੋਂ ਦਾ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਵੈ ਕਰ ਰਹੇ ਹਾਂ, ਅਤੇ ਇਹ 16 ਤਰੀਕ
ਅਤੇ 8ਵਾਂ ਮਹੀਨਾ 2024 ਨੂੰ ਸਾਰੀਆਂ OPD ਸੇਵਾਵਾਂ ਬੰਦ ਰਹਿਣਗੀਆਂ, ਤਾਂ ਅੱਜ ਦੇ ਦਿਨ ਜਿਹੜੀ ਸੇਵਾਵਾਂ ਨੇ ਉਹ ਬੰਦ ਰਹਿਣਗੀਆਂ ਸਿਵਲ ਹਸਪਤਾਲ ਦੇ ਵਿੱਚ। ਲੁਧਿਆਣਾ ਦੇ ਲੋਕ ਜਿਹੜੇ ਸਿਵਲ ਹਸਪਤਾਲ ਦੇ ਵਿੱਚ ਆ ਰਹੇ ਨੇ ਦਵਾਈਆਂ ਲੈਣ ਆ ਰਹੇ, OPD ਤੋਂ ਰਿਲੇਟਡ ਆ ਰਹੇ ਨੇ, ਤਾਂ ਇਹ ਖਬਰ ਉਹਨਾਂ ਤੱਕ ਪਹੁੰਚ ਜਾਵੇ ਕਿਉਂਕਿ ਅੱਜ ਜਿਹੜੀ ਸਿਵਲ ਹਸਪਤਾਲ ਦੇ ਵਿੱਚ OPD ਨੂੰ ਬੰਦ ਕੀਤਾ ਗਿਆ। ਮਾਤਾ ਜੀ ਦਵਾਈ ਲੈਣ ਆਇਓ? ਹਾਂਜੀ ਦਵਾਈ ਲੈਣ ਆਇਓ। ਕਿੱਥੋਂ ਆਇਓ? ਟਿੱਬਾ ਰੋਡ ਤੋਂ ਆਏ ਜੀ। ਅਤੇ ਇੱਥੇ OPD ਬੰਦ ਹੈਗੀ ਹੈ, ਕਿੰਨੀ ਕੁ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ? ਦਿੱਕਤਾਂ ਤਾਂ ਲੱਗਦੀ ਹੈ, ਕਿਰਾਏ ਭਾੜੇ ਲਾ ਲਾ ਕੇ ਆਉਂਦੇ ਆ, ਫਿਰ ਵਾਪਸ ਚਲੇ ਜਾਂਦੇ ਆ, ਦਵਾਈਆਂ ਤੋਂ ਬਗੈਰ ਦੁਖੀ ਹੁੰਦੇ ਆ। ਠੀਕ ਹੈ। ਤੇ ਪਹਿਲਾਂ ਪਤਾ ਨਹੀਂ ਸੀ ਵੀ ਆਪਾਂ ਨੂੰ ਵੀ OPD ਬੰਦ ਹੈ? ਪਤਾ ਨਹੀਂ ਸੀ ਬੇਟਾ, ਪਤਾ ਹੁੰਦਾ ਫਿਰ ਕਾਹਨੂੰ ਕਿਰਾਇਆ ਲਾ ਲਾ ਕੇ ਆਉਣਾ ਸੀ, ਇਸ ਕਰਕੇ ਦੁਖੀ ਤਾਂ ਹੁੰਦਾ ਹੀ ਹੈ ਬੰਦਾ ਫਿਰ। ਮਤਲਬ ਚਾਹੀਦਾ ਸੀ ਵੀ ਇੱਕ ਦਿਨ ਪਹਿਲਾਂ ਇਸ ਦੀ ਨੋਟੀਫਿਕੇਸ਼ਨ ਜਾਰੀ ਕਰਨ ਵੀ ਅਸੀਂ ਕੱਲ੍ਹ ਬੰਦ ਕਰਾਂਗੇ ਵੀ ਲੋਕ ਪਰੇਸ਼ਾਨ ਨਾ ਹੋਣ। ਕੱਲ੍ਹ ਦੀ ਤਾਂ ਸਾਨੂੰ ਇਹ ਸੀ ਵੀ ਕੱਲ੍ਹ ਛੁੱਟੀ ਹੈ, ਅੱਜ ਦਾ ਸਾਨੂੰ ਕੋਈ ਪਤਾ ਨਹੀਂ ਸੀ ਵੀ ਅੱਜ ਛੁੱਟੀ ਹੈ, ਐਵੇਂ ਪਰੇਸ਼ਾਨ ਨਹੀਂ ਹੋਣ ਵਾਲੀ ਗੱਲ ਹੋਈ, ਆਏ ਵੀ ਫਿਰ ਵਾਪਸ ਜਾਣ ਲੱਗੇ। ਪੂਰੇ ਪੰਜਾਬ ਮੇਂ OPD ਬੰਦ ਕਰੀ ਗਈ ਹੈ ਜੀ, ਸਿਰਫ ਸਿਵਲ ਮੇਂ ਨਹੀਂ ਬੰਦ ਕਰੀ ਗਈ। ਇਹ ਜੋ ਵੈਸਟ ਬੰਗਾਲ ਮੇਂ ਹਮਾਰੀ ਬਹਿਨ ਕੇ ਸਾਥ ਬਹੁਤ ਹੀ ਦਰਦਨਾਕ ਤਰੀਕੇ ਸੇ ਰੇਪ ਔਰ ਮਰਡਰ ਹੋਇਆ ਹੈ, ਉਸਕੇ ਪ੍ਰੋਟੈਸਟ ਮੇਂ ਇਹ ਹਮਨੇ OPD ਸੇਵਾਵਾਂ ਅੱਜ ਬੰਦ ਕਰੀ ਹੈ। ਹਮ ਲੋਕ ਇਸਮੇਂ ਤਾਂ ਕਿ ਇੱਕ ਫੇਅਰ ਇਨਵੈਸਟੀਗੇਸ਼ਨ ਹੋ ਔਰ ਇੱਕ ਸੇਫ ਇਨਵਾਇਰਮੈਂਟ ਹਮਾਰੇ ਕੋ ਕਾਮ ਕਰਨੇ ਕਾ ਮਿਲੇ, ਉਸਕੇ ਲਈ ਹਮਨੇ ਵੀ ਪ੍ਰੋਟੈਸਟ ਕੀਆ ਹੈ। ਆਜ ਕਾ ਦਿਨ ਹੀ ਥਾ ਜੀ, ਮੈਂ ਉਨਕੇ ਲਈ ਹੱਥ ਜੋੜ ਕੇ ਮਾਫੀ ਮੰਗਣਾ ਚਾਹਤਾ ਹੂੰ, ਬਟ ਹਮ ਲੋਕ ਮਜਬੂਰ ਹੋ ਗਏ ਕਿ ਇਹ ਪ੍ਰੋਟੈਸਟ ਉਠਾਇਆ ਜਾਏ। ਡਾਕਟਰੋਂ ਕੇ ਉੱਪਰ ਅਸੋਲਟ ਦਿਨ ਬਰ ਦਿਨ ਬੜਤਾ ਜਾ ਰਹਾ ਹੈ ਔਰ ਹਮ ਲੋਕੋ ਕੋ ਵੀ ਕਾਮ ਕਰਨੇ ਕੇ ਲਈ ਇੱਕ ਸੇਫ ਇਨਵਾਇਰਮੈਂਟ ਚਾਹੀਏ। ਤੋ ਇਹ ਇੱਕ ਹਮ ਲੋਕੋ ਕੇ ਤਰੀਕੇ ਕਹਿ ਸਕਦੇ ਹੈ ਕਿ ਕ੍ਰਾਈ ਫੋਰ ਹੈਲਪ ਹੈ ਕਿ ਹਮੇ ਇੱਕ ਸੇਫ ਇਨਵਾਇਰਮੈਂਟ ਦਿਆ ਜਾਏ ਤਾਂ ਕਿ ਹਮ ਵੀ ਆਪਣਾ ਕਾਮ ਇਮਾਨਦਾਰੀ ਸੇ ਕਰ ਸਕੇ।